ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਹਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਹੁਣੇ-ਹੁਣੇ ਕਿਸਾਨਾਂ ਦਾ ਹੋ ਗਿਆ ਪੁਲਿਸ ਨਾਲ ਸਾਹਮਣਾ ਪੰਜਾਬ ਪੁਲਿਸ ਨੇ ਖੜਕਾਈ ਕਿਸਾਨਾਂ ਤੇ ਡਾਂਗ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਂਦੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਤੇ ਜਿਨ੍ਹਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਹੈ ਲਿੰਕ ਡਿਸਕ੍ਰਿਪਸ਼ਨ ਚੋਂ ਜਾ ਕੇ ਤੁਸੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਹਾਂ ਲੰਮੇ ਸਮੇਂ ਤੋਂ ਕਿਸਾਨਾਂ ਦੇ ਮੋਦੀ ਸਰਕਾਰ ਵਿਚਕਾਰ ਤਿੰਨ ਕੀਤੇ ਕਾਨੂੰਨਾਂ ਨੂੰ ਲੈ ਕੇ ਰੇੜਾ ਲਾਇਆ ਹੋਇਆ ਲੰਬੇ ਸਮੇਂ ਤੋਂ ਕਿਸਾਨਾਂ ਦਿੱਲੀ ਦੀਆਂ ਬਾਰਡਰਾਂ ਤੇ ਤਰਨਾ ਲਾ ਕੇ ਬੈਠੇ ਨੇ ਕਿਸਾਨ ਚਾਹੁੰਦੇ ਨੇ ਕਿ ਇਹ ਤਿੰਨ ਖੇਤੀ ਕਾਨੂੰਨ ਰੱਦ ਕੀਤੇ ਜਾਣ ਜਦ ਕਿ ਸਰਕਾਰ ਵੱਲੋਂ ਇਹਨਾਂ ਨੂੰ ਸੋਧ ਕਰਨ ਦੀ ਗੱਲ ਆ ਗਈ ਪਰ ਇਹਨਾਂ ਨੂੰ ਰੱਦ ਕਰਨ ਲਈ ਸਰਕਾਰ ਤਿਆਰ ਨਹੀਂ ਆਏ ਦਿਨ ਹੀ ਇਹਨਾਂ ਕਿਸਾਨਾਂ ਨਾਲ ਜੁੜੀਆਂ ਨਵੀਆਂ-ਨਵੀਆਂ ਖਬਰਾਂ ਸਾਹਮਣੇ ਆਦੀਆਂ ਨੇ ਸਾਡਾ ਖਬਰ ਹਰਿਆਣਾ ਦੇ ਕਰਨਾਲ ਤੋਂ ਸਾਹਮਣੇ ਜਿੱਥੇ ਪੁਲਿਸ ਵੱਲੋਂ ਕਿਸਾਨਾਂ 'ਤੇ ਲਾਠੀ ਚਾਰਜ ਕੀਤਾ ਗਿਆ ਇਸ ਲਾਠੀ ਚਾਰਜਾਂ 'ਨ ਕਈ ਕਿਸਾਨਾਂ ਦੇ ਸੱਟਾ ਲੱਗ ਗੀਆ ਅਤੇ ਇੱਕ ਬਜ਼ੁਰਗ ਕਿਸਾਨ ਦੇ ਗੰਭੀਰ ਸੱਟਾ ਲੱਗਣ ਦੀ ਖਬਰ ਵੀ ਸਾਹਮਣੇ ਆਈ ਹੈ। ਤਾਜ਼ਾ ਮਿਲੀ ਜਾਣਕਾਰੀ ਦੇ ਅਨੁਸਾਰ ਇੱਥੇ ਕਿਸਾਨਾਂ ਨੇ ਭਾਜਪਾ ਗੱਡੀਆਂ ਦਾ ਵਿਰੋਧ ਕਰਨ ਦੇ ਨਾਲ ਨਾਲ ਉਹਨਾਂ ਦੀ ਗੱਡੀ ਨੂੰ ਰੋਕਿਆ। ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਲਾਠੀ ਚਾਰਜ ਕਰ ਦਿੱਤਾ। ਇਹ ਮਾਮਲਾ ਕਰਨਾਲ ਦੇ ਬਸਤਾਰਾ ਟੋਲ ਪਲਾਜ਼ਾ ਦਾ ਹੈ। ਇਹ ਸਾਰਾ ਵਿਵਾਦ ਭਾਜਪਾ ਗੱਡੀਆਂ ਦੀ ਗੱਡੀ ਘੇਰਨ ਨੂੰ ਲੈ ਕੇ ਸ਼ੁਰੂ ਹੋਇਆ ਇਸ ਸਮੇਂ ਪੁਲਿਸ ਵੱਲੋਂ ਵੱਡੀ ਗਿੰਤੀ ਵਿੱਚ ਮੌਜੂਦ ਸੀ ਵਦੇਰੇ ਜਾਨਗਾਇਰ ਦੱਸਦੀ ਕਿ ਇੱਥੇ ਅੱਜ ਹਰਿਆਣਾ ਦੇ ਉੱਚ ਚੋਟੀ ਦੇ ਭਾਜਪਾ ਗੂਆਂ ਦੀ ਇੱਕ ਮੀਟਿੰਗ ਰੱਖੀ ਹੋਣ ਦੀ ਜਾਣਕਾਰੀ ਕਿਸਾਨਾਂ ਨੂੰ ਮਿਲ ਗਈ ਜਿਸ ਤੋਂ ਬਾਅਦ ਕਿਸਾਨ ਵੱਡੀ ਗਿੰਤੀ ਵਿੱਚ ਬਸਤਾਰਾ ਟੋਲ ਤੇ ਇਕੱਠਾ ਹੋ ਗਏ ਇਸ ਸਮੇਂ ਪੁਲਿਸ ਵੀ ਵੱਡੀ ਗਿੰਤੀ ਵਿੱਚ ਇੱਥੇ ਮੌਜੂਦ ਸੀ ਇਸ ਸਮੇਂ ਜਦੋਂ ਕਿਸਾਨਾਂ ਦੁਆਰਾ ਕੁਝ ਮੰਤਰੀਆਂ ਦੇ ਵਿਧਾਇਕਾਂ ਦੀਆਂ ਗੱਡੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮਾਮਲਾ ਗਰਮਾ ਗਿਆ ਤੇ ਪੁਲਿਸ ਨੇ लाठीचार्ज ਕਰ ਦਿੱਤਾ ਇਸ ਮੋਕੇ ਕਈ ਕਿਸਾਨ ਦੇ ਸੱਟ ਲੱਗੀਆਂ ਤੇ ਇੱਕ ਕਿਸਾਨ ਦੇ ਸਿਰ 'ਤੇ ਸੱਟ ਲੱਗਣ ਦਾ ਸਮਾਚਾਰ ਵੀ ਪ੍ਰਾਪਤ ਹੋਇਆ ਜਾਣਕਾਰੀ ਮੁਤਾਬਿਕ ਇਹ ਤੇ ਕਿਸਾਨਾਂ ਦੀ ਗਿਣਤੀ 150 ਤੋਂ 200 ਦੇ ਕਰੀਬ ਸੀ ਖਬਰ ਨੂੰ ਲਾਸਤ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ